ਪੰਜਾਬੀ ਰੇਡੀਓ ਜੋ ਐਸ ਐਸ ਹੋਰ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ 'ਤੇ ਨਜ਼ਰ, ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਇਹ ਜ਼ਰੂਰ ਦੱਸੀਏ, ਜਿਹੜੇ ਤੁਸੀਂ ਫੋਨ ਨੰਬਰ ਡਾਇਲ ਕਰਕੇ ਪੰਜਾਬੀ ਰੇਡੀਓ ਯੂ ਐਸ ਏ ਨੂੰ ਸੁਣਦੇ ਹੋ, ਜਿਨ੍ਹਾਂ ਦੇ ਕੋਲ ਸਮਾਰਟਫੋਨ ਆ, ਉਹ ਸਾਰੇ ਤੁਸੀਂ ਐਪ ਨੂੰ ਜ਼ਰੂਰ ਡਾਊਨਲੋਡ ਕਰ ਲਓ। ਪੰਜਾਬੀ ਰੇਡੀਓ ਯੂ ਐਸ ਏ ਦੀ ਐਪ ਬਿਲਕੁਲ ਫਰੀ ਆ, ਪਰ ਉਹ ਜਦੋਂ ਤੁਸੀਂ ਐਪ ਡਾਊਨਲੋਡ ਕਰ ਲਉਂਗੇ ਤਾਂ ਉਹਦੇ ਉੱਪਰ ਇੱਕ ਲਾਲ ਜਿਹੀ ਪੱਟੀ ਆਉਂਦੀ ਆ, ਜਦੋਂ ਤੁਸੀਂ ਉਹਨੂੰ ਟੱਚ ਕਰਦੇ ਆ ਤਾਂ ਤੁਹਾਨੂੰ ਨਵਾਂ ਨੰਬਰ ਮਿਲ ਜਾਂਦਾ। ਪਲੀਜ਼ ਉਹ ਜ਼ਰੂਰ ਕਰ ਲਿਆ। ਚੱਲਦੇ ਹਾਂ ਖਬਰਾਂ ਵੱਲ। ਉਸ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ, ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। 4082722500। ਗੁਰਦੀਪ ਸਿੰਘ ਵਿਰਦੀ ਕਲੋਵਸ, ਅਸ਼ਾਂਜੀਤ ਸਿੰਘ ਕਲੋਟੀ ਜੁੱਬਾ ਸਿਟੀ, ਬਹਾਦਰ ਸਿੰਘ ਗਿੱਲ ਫੋਲਰ, ਸੁਖਵਿੰਦਰ ਸਿੰਘ ਜਸਵੀਰ ਕੌਰ ਫਰੀਮੌਟ, ਗੁਰਦਾਵਰ ਸਿੰਘ, ਮਨਜੀਤ ਕੌਰ ਜੁੱਬਾ ਸਿਟੀ, ਸਰਬਜੀਤ ਸਿੰਘ ਚੋਕਰ ਟਰਲਕ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜਿਟ ਕਰ ਸਕਦੇ ਹੋ www.chicagopizzatwist.com। 15% ਔਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਅਤੇ ਖਬਰਾਂ ਵੱਲ ਚੱਲਦੇ ਹਾਂ ਜੀ। ਵੈਸੇ ਤਾਂ ਜਿੰਨੇ ਵੀ ਇਹ ਲੀਡਰ ਹੈਗੇ ਆ, ਪੋਲੀਟਿਕਸ ਜਿਹੜੀ ਹੈਗੀ ਆ, ਕੰਮ ਦੀ ਗੱਲ ਘੱਟ ਕਰਦੇ ਆ, ਇੱਕ ਦੂਜੇ ਨੂੰ ਤਾਣੇ ਮਿਹਣੇ ਬਹੁਤ ਦਿੰਦੇ ਆ। ਮੋਦੀ ਤੇ ਰਾਹੁਲ ਦਾ ਵੀ ਇਹੀ ਕੰਮ ਹੈ, ਮਿਹਣੋ ਮਿਹਣੀ ਜੀ। ਬਿਲਕੁਲ, ਐਕਚੁਅਲੀ ਜਿਹੜੀ ਸਿਆਸਤ ਆ ਜੀ, ਉਹ ਰਿਹਾ ਹੀ ਤੁਸੀਂ ਕਹਿ ਲਓ ਕਿ ਤਾਣੇ ਮਿਹਣਿਆਂ ਦੀ ਗਈ ਆ, ਕਿ ਕੌਣ ਕਿੰਨੇ ਕੁ ਨੀਵੇਂ ਪੱਧਰ ਦੇ ਉੱਤੇ ਜਿਹੜਾ ਜੀ ਉਹ ਉਤਰ ਸਕਦਾ ਹੈ। ਕੱਲ ਜਿਹੜਾ ਪਾਰਲੀਮੈਂਟ ਦੇ ਵਿੱਚ ਭਾਸ਼ਣ ਦਿੱਤਾ ਪ੍ਰਧਾਨ ਮੰਤਰੀ ਹੋਰਾਂ ਨੇ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਜਿਹੜੀ ਵੀ ਕਹੀ ਕਿ ਜਿਹੜੀ ਵਿਰੋਧੀ ਧਿਰ ਆ ਉਹ ਨੀਵੇਂ ਪੱਧਰ ਦੇ ਉੱਤੇ ਜਿਹੜੀ ਆ ਜੀ ਉਹ ਉਤਰੀ ਆ। ਔਰ ਇਹ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਜੀ ਉਹ ਇਹ ਕਹਿੰਦੀ ਕਿ ਤੂੰ ਤੜਕ ਦੀ ਰਾਜਨੀਤੀ ਦੇ ਉੱਤੇ ਕਿਉਂ ਜਿਹੜਾ ਜੀ ਵਿਰੋਧੀ ਧਿਰ ਆ ਗਈ ਹੈ, ਜਦੋਂ ਕਿ ਦੇਖਿਆ ਜਾਵੇ ਤਾਂ ਪਿਛਲੇ ਸਾਲਾਂ ਦੇ ਦੌਰਾਨ, ਪਿਛਲੇ 4.5 ਸਾਲਾਂ ਦੇ ਦੌਰਾਨ ਜਿਸ ਨੀਵੇਂ ਪੱਧਰ ਦੇ ਉੱਤੇ ਇੱਥੋਂ ਦੀ ਭਾਸ਼ਾ ਜਿਹੜੀ ਆ ਜੀ ਉਹ ਚਲੇਗੀ ਆ, ਉਹਨੇ ਇਹ ਨਵੇਂ ਰਿਕਾਰਡ ਜਿਹੜੇ ਆ ਜੀ ਉਹ ਸਥਾਪਿਤ ਕੀਤੇ ਆ ਨੀਵੇਂ ਪੱਧਰ ਦੇ। ਪ੍ਰਧਾਨ ਮੰਤਰੀ ਵਾਲੀ ਜਿਹੜੀ ਜੀ ਉਹ ਭਾਸ਼ਾ ਇੱਕ ਮਰਿਆਦਾ ਜਿਹੜੀ ਹੁੰਦੀ ਸੀ ਉਹ ਕਿਤੇ ਦੀਆਂ ਕਿਤੇ ਜਿਹੜੀਆਂ ਜੀ ਉਹ ਚਲੇ ਗਈਆਂ, ਕਿਉਂਕਿ ਇਲੈਕਸ਼ਨਾਂ ਆ ਰਹੀਆਂ ਨੇ। ਹੁਣ ਇਹ ਭਾਸ਼ਾ ਜਿਹੜੀ ਆ ਜੀ ਇਦੋਂ ਵੀ ਹੋਰ ਜ਼ਿਆਦਾ ਨਿਵਾਣਾ ਜਿਹੜੀਆਂ ਜੀ ਉਹ ਛੋਊਗੀ। ਜਿਹੜੇ ਪ੍ਰਧਾਨ ਮੰਤਰੀ ਨੇ ਜੀ ਉਹਨਾਂ ਨੇ ਰਾਸ਼ਟਰਪਤੀ ਦੇ ਭਾਸ਼ਣ ਦੇ ਉੱਤੇ ਜਿਹੜਾ ਬੋਲਦਿਆਂ ਹੋਇਆ ਵਿਰੋਧੀ ਧਿਰਾਂ ਦੇ ਉੱਤੇ ਤਿੱਖੇ ਹਮਲੇ ਕੀਤੇ, ਇਹ ਗੱਲ ਵੀ ਕਹੀ ਕਿ ਮੁਲਕ ਜਿਹੜਾ ਜੀ ਉਹ ਲੋਕ ਮਹਾਂ ਮਿਲਾਵਟ ਸਰਕਾਰ ਨਹੀਂ ਚਾਹੁੰਦੇ। ਜਿਹੜਾ ਕਿ ਕੋਲਕਾਤਾ ਦੇ ਵਿੱਚ ਪਿਛਲੇ ਦਿਨੀ ਵਿਰੋਧੀ ਧਿਰਾਂ ਦਾ ਗੱਠਜੋੜ ਜਿਹੜਾ ਹੋਇਆ ਸੀ ਉਹਦੇ ਉੱਤੇ ਇਹ ਕੀਤੀ ਗਈ ਜਿਹੜੀ ਚੋਬ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਮੁਲਕ ਤੇ ਐਮਰਜੈਂਸੀ ਥੋਪੀ, ਪਰ ਹੁਣ ਉਹ ਕਹਿੰਦੇ ਆ ਕਿ ਮੋਦੀ ਸੰਸਥਾਵਾਂ ਨੂੰ ਨੁਕਸਾਨ ਜਿਹੜਾ ਜੀ ਉਹ ਪਹੁੰਚਾ ਰਿਹਾ। ਇੱਥੋਂ ਤੱਕ ਗੱਲ ਜਿਹੜੀ ਵੀ ਕਹੀ ਕਿ ਉਲਟਾ ਚੋਰ ਚੌਕੀਦਾਰ ਕੋ ਡਾਂਟੇ ਉਹਨਾਂ ਨੇ ਜਿਹੜਾ ਸਿੱਖ, ਕਿਉਂਕਿ ਕਾਂਗਰਸ ਜਿਹੜੀ ਹੈ ਜੀ ਉਹ ਇੱਕ ਨਾਰਾ ਵੱਡੇ ਪੱਧਰ ਦੇ ਉੱਤੇ ਲਾ ਰਹੀ ਹੈ ਕਿ ਚੌਕੀਦਾਰ ਚੋਰ ਹੈ, ਜਿਹਦੇ ਉੱਤੇ ਉਹਨਾਂ ਨੇ ਇਹ ਸਟਾਇਰ ਜਿਹੜਾ ਸੀ ਉਹ ਕੀਤਾ। ਦੂਜੇ ਪਾਸੇ ਰਾਹੁਲ ਗਾਂਧੀ ਹੋਰਾਂ ਨੇ ਵੀ ਆਪਣੇ ਜਿਹੜੇ ਸ਼ਬਦੀ ਹਮਲੇ ਸੀਗੇ ਜੀ ਉਹ ਜਾਰੀ ਰੱਖੇ। ਨਵੀਂ ਦਿੱਲੀ ਦੇ ਵਿੱਚ ਇੱਕ ਰੈਲੀ ਜਿਹੜੀ ਸੀ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਉੱਤੇ ਤਿੱਖਾ ਹਮਲਾ ਕੀਤਾ। ਇਹ ਕਿਹਾ ਕਿ ਮੋਦੀ ਹੋਰਾਂ ਨੂੰ ਸਮਝ ਆ ਗਿਆ ਕਿ ਦੇਸ਼ ਨੂੰ ਵੰਡ ਕੇ ਨਹੀਂ ਚਲਾਇਆ ਜਾ ਸਕਦਾ, ਉਹਨਾਂ ਦੇ ਚਿਹਰੇ ਤੇ ਘਬਰਾਹਟ ਤੇ ਡਰ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਦੇਸ਼ ਹਿੰਦੁਸਤਾਨ ਦੇ ਹਰ ਵਿਅਕਤੀ ਦਾ ਲੜਾਈ ਦੋ ਵਿਚਾਰਧਾਰਾਵਾਂ ਦੇ ਵਿਚਕਾਰ ਆ, ਔਰ ਇੱਕ ਵਿਚਾਰਧਾਰਾ ਇਹ ਕਹਿੰਦੀ ਆ ਕਿ ਦੇਸ਼ ਇੱਕ ਪ੍ਰੋਡਕਟ ਹੈ, ਤੇ ਦੂਜੇ ਪਾਸੇ ਇੱਕ ਵਿਚਾਰਧਾਰਾ ਇਹ ਕਹਿੰਦੀ ਆ ਕਿ ਇਹ ਦੇਸ਼ ਸਾਰਿਆਂ ਦਾ ਹੈ। ਉਹਨਾਂ ਨੇ ਇਹ ਗੱਲ ਕਹੀ ਕਿ RSS ਚਾਹੁੰਦਾ ਕਿ ਦੇਸ਼ ਦੇ ਸੰਵਿਧਾਨ ਨੂੰ ਅਲੱਗ ਕਰਕੇ ਰੱਖ ਦਿੱਤਾ ਜਾਵੇ ਤੇ ਦੇਸ਼ ਨੂੰ ਨਾਗਪੁਰ ਤੋਂ ਜਿਹੜਾ ਜੀ ਉਹ ਚਲਾਇਆ ਜਾਵੇ। ਰਾਹੁਲ ਗਾਂਧੀ ਨੇ ਤਿੱਖੇ ਹਮਲੇ ਬੋਲਦਿਆਂ ਜਿਹੜਾ ਜੀ ਇਹ ਵੀ ਗੱਲ ਆਖੀ ਕਿ ਪ੍ਰਧਾਨ ਮੰਤਰੀ ਜਿਹੜੇ ਉਹ ਡਰਪੋਕ ਹੈ। ਉਹਨਾਂ ਕਿਹਾ ਕਿ ਜੇ 10 ਮਿੰਟ ਉਹਨਾਂ ਦੇ ਸਾਹਮਣੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਉਹਨਾਂ ਦੇ ਨਾਲ ਬਹਿਸ ਹੋ ਜੇ ਤੇ ਉਹ ਭੱਜ ਜਾਣਗੇ ਔਰ ਉਹਨਾਂ ਦੇ ਨਾਲ ਬਹਿਸ ਨਹੀਂ ਜਿਹੜੀ ਜੀ ਉਹ ਕਰ ਸਕਣਗੇ, ਕਿਉਂਕਿ ਇਲੈਕਸ਼ਨਾਂ ਜਿਹੜੀਆਂ ਜੀ ਉਹ ਆ ਗਈਆਂ, ਤਕਰੀਬਨ ਮਾਰਚ ਦੇ ਪਹਿਲੇ ਹਫ਼ਤੇ ਇਹਨਾਂ ਦੀ ਅਨਾਊਂਸਮੈਂਟ ਹੋਣ ਦੀ ਜਿਹੜੀ ਜੀ ਉਹ ਸੰਭਾਵਨਾ ਹੈ, ਤੇ ਜਿਹਦੇ ਕਰਕੇ ਕਿਹਾ ਜਾ ਸਕਦਾ ਕਿ ਇਹ ਜਿਹੜੀ ਭਾਸ਼ਾ ਹੈ ਇਹ ਆਉਂਦੇ ਦਿਨਾਂ ਦੇ ਦੌਰਾਨ ਤਿੱਖੀ ਤੇ ਜਿਹੜੀ ਨੀਵੇਂ ਪੱਧਰ ਦੀ ਉਹ ਹੋਰ ਜ਼ਿਆਦਾ ਵਧੂਗੀ ਜੀ। ਬਿਲਕੁਲ, ਲੋਕਾਂ ਦਾ ਕੀ ਹੋਊਗਾ ਇਹ ਨਹੀਂ ਪਤਾ। ਅੱਗੇ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਜੇ ਗੱਲ ਕਰੀਏ ਤਾਂ ਦੂਜੇ ਦਿਨ ਵੀ ਬਾਰਡਰਾਂ ਤੋਂ ਪੁੱਛ ਗਿੱਛ ਜਾਰੀ।
ਬਿਲਕੁਲ ਇਹਦੀ ਕੰਟੀਨਿਊਸ ਜਿਹੜੀ ਹੈ ਉਹ ਜਾਰੀ ਆ ਦੂਸਰੇ ਦਿਨ ਵੀ ਕਾਂਗਰਸ ਦੇ ਪ੍ਰਧਾਨ ਜਿਹੜੇ ਨੇ ਰਾਹੁਲ ਗਾਂਧੀ ਉਹਨਾਂ ਦੇ ਨੇੜਲੇ ਰਿਸ਼ਤੇਦਾਰ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੂਜੇ ਦਿਨ ਦੋ ਜਿਹੜੇ ਸੀਗੇ ਜੀ ਪੜਾਵਾਂ ਦੇ ਵਿੱਚ 9 ਘੰਟੇ ਤੱਕ ਪੁੱਛਗਿੱਛ ਜਿਹੜੀ ਕੀਤੀ। ਇੱਕ ਦਿਨ ਪਹਿਲਾਂ ਬੁੱਧਵਾਰ ਨੂੰ ਈਡੀ ਨੇ ਉਹਨਾਂ ਤੋਂ 5.5 ਘੰਟੇ ਜਿਹੜੀ ਜੀ ਉਹ ਪੁੱਛਗਿੱਛ ਕੀਤੀ ਸੀ। ਅੱਜ ਫਿਰ ਕੱਲ੍ਹ ਨੂੰ ਜਿਹੜੀ ਜੀ ਇਹ ਦੁਬਾਰਾ ਫਿਰ ਪੁੱਛਗਿੱਛ ਜਿਹੜੀ ਜੀ ਉਹ ਹੋਣ ਦੀ ਸੰਭਾਵਨਾ ਹੈ। ਲੰਡਨ ਦੇ ਵਿੱਚ ਜਿਹੜੀ ਬੇਨਾਮੀ ਜਾਇਦਾਦ ਹੈ ਉਹਨੂੰ ਲੈ ਕੇ ਈਡੀ ਦੇ ਅਧਿਕਾਰੀਆਂ ਨੇ ਜਿਹੜਾ ਸੀਗਾ ਜੀ ਉਹ ਦਸਤਾਵੇਜ਼ਾਂ ਦੇ ਨਾਲ ਇਹ ਪੁੱਛਗਿੱਛ ਜਿਹੜੀ ਉਹ ਕੀਤੀ। ਔਰ ਜਿਹੜੇ ਰਾਬਰਟ ਵਾਡਰਾ ਨੇ ਜਿਹੜੇ ਕਿ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਨੇ ਉਹਨੇ ਇਹ ਜਿਹੜੇ ਸਬੂਤ ਸੀ ਇਹਨਾਂ ਨੂੰ ਨਕਾਰਿਆ। ਈਡੀ ਨੇ ਵਾਡਰਾ ਤੇ ਜਾਂਚ ਦੇ ਵਿੱਚ ਸਹਿਯੋਗ ਨਾ ਦੇਣ ਦਾ ਦੋਸ਼ ਲਾਇਆ ਔਰ ਇਹਦੇ ਆਧਾਰ ਦੇ ਉੱਤੇ ਉਹ ਅਦਾਲਤ ਤੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਜਿਹੜੀ ਜੀ ਉਹ ਪੁੱਛਗਿੱਛ ਕਰਨ ਦੀ ਅਪੀਲ ਜਿਹੜੀ ਆ ਉਹ ਕਰ ਸਕਦੀ ਆ। ਅਦਾਲਤ ਨੇ ਜਿਹੜਾ ਹੈ ਜੀ ਉਹਨੂੰ ਅਗਾਊ ਜ਼ਮਾਨਤ ਜਿਹੜੀ ਆ ਉਹ ਦਿੱਤੀ ਹੋਈ ਆ ਜਿਹੜੀ ਕਿ 16 ਫਰਵਰੀ ਤੱਕ ਜਿਹੜੀ ਜੀ ਉਹ ਹੈ। ਜਦੋਂ ਕਿ ਜਿਹੜੇ ਰਾਬਰਟ ਵਾਡਰਾ ਦੇ ਵਕੀਲ ਨੇ ਉਹ ਇਹ ਗੱਲ ਕਹਿੰਦੇ ਆ ਕਿ ਉਹਨਾਂ ਨੇ ਹਰ ਸਵਾਲ ਦਾ ਜਵਾਬ ਜਿਹੜਾ ਜੀ ਉਹ ਦਿੱਤਾ ਰਾਬਰਟ ਵਾਡਰਾ ਹੋਰਾਂ ਨੇ ਔਰ ਇਹ ਵੀ ਜਿਹੜਾ ਜੀ ਉਹ ਕਹਿੰਦੇ ਆ ਕਿ ਜਿਹੜੇ ਸਬੂਤ ਈਡੀ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਜੀ ਉਹ ਮਨਘੜਤ ਨੇ ਜੀ ਔਰ ਸਾਰੇ ਦੇ ਸਾਰੇ ਇੱਕ ਸਾਜਿਸ਼ ਦੇ ਤਹਿਤ ਜਿਹੜਾ ਉਹ ਘੜੇ ਗਏ ਆ। ਇਹ ਅੱਗੋਂ ਵੀ ਜਿਹੜੀ ਆ ਉਹ ਜਾਂਚ ਜਾਰੀ ਰਹੂਗੀ ਔਰ ਵੇਖਣਾ ਇਹ ਹੋਊਗਾ ਜੀ ਕਿ ਜਿਹੜੀਆਂ ਏਜੰਸੀਆਂ ਪਹਿਲਾਂ ਇੰਨੇ ਸਮਾਂ ਜਿਹੜਾ ਜੀ ਉਹ ਚੁੱਪ ਰਹੀਆਂ ਉਹ ਹੁਣ ਜਿਵੇਂ ਐਕਟਿਵ ਹੋਈਆਂ ਨੇ ਵੋਟਾਂ ਨੂੰ ਬਿਲਕੁਲ ਜਿਹੜਾ ਜੀ ਉਹ ਸਾਹਮਣੇ ਦੇਖਦਿਆਂ ਹੋਇਆ। ਇਸ ਕਰਕੇ ਇਹਦੇ ਉੱਤੇ ਸਮੇਂ ਦੇ ਉੱਤੇ ਥੋੜੇ ਕਿੰਤੂ ਪਰੰਤੂ ਜਿਹੜੇ ਆ ਜੀ ਉਹ ਜ਼ਰੂਰ ਹੋ ਰਿਹਾ ਜਿਹਨੂੰ ਕਿ ਆਧਾਰ ਵੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ। ਬਿਲਕੁਲ ਜੀ, ਓਦਾਂ ਜਦੋਂ ਇਹ ਇਲੈਕਸ਼ਨਾਂ ਨਹੀਂ ਹੁੰਦੀਆਂ ਤਾਂ ਇਕੱਠੇ ਖਾਂਦੇ ਪੀਂਦੇ ਆ, ਪਰ ਅੱਜ ਕੱਲ੍ਹ ਇੱਕ ਦੂਜੇ ਨੂੰ ਠਿੱਬੀ ਲਾਉਣੀ ਹੈ ਅਤੇ ਅੱਗੇ ਪੁਲਿਸ ਮੁਖੀ ਲਾਉਣ ਦੀ ਜੇ ਗੱਲ ਕਰੀਏ ਤਾਂ ਕੈਪਟਨ ਨੇ ਕਿਹਾ ਕਿ ਇਸ ਵਿੱਚ ਕੋਈ ਸਿਆਸਤ ਨਹੀਂ। ਬਿਲਕੁਲ, ਐਕਚੁਲੀ ਜਿਹੜੇ ਇਹ ਜਿਹੜੇ ਲਾਏ ਗਏ ਆ ਜੀ ਕਿਉਂਕਿ ਇੱਕ ਗੱਲ ਜਿਹੜੀ ਜੀ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਹੈ ਇਹਦੇ ਵਿੱਚ ਬੜਾ ਕੁਛ ਨਾ ਜੀ ਇੰਟਰਸਟਿੰਗਲੀ ਜਿਹੜਾ ਉਹ ਚੱਲਦਾ ਰਿਹਾ ਕਿ ਇੱਕ ਸੂਚੀ ਜਿਹੜੀ ਸੀ ਪਹਿਲਾਂ ਜਾਰੀ ਕੀਤੀ ਗਈ ਉਹਦੇ ਵਿੱਚ ਮੁਹੰਮਦ ਮੁਸਤਫਾ ਹੋਰਾਂ ਦਾ ਨਾਮ ਪਹਿਲੇ ਨੰਬਰ ਦੇ ਉੱਤੇ ਸੀਗਾ। ਬਾਅਦ ਚ ਉਹ ਸੂਚੀ ਦਾ ਪਤਾ ਲੱਗਿਆ ਕਿ ਉਹ ਸੂਚੀ ਹੈ ਹੀ ਕੋਈ ਨੀ। ਜਿਹੜੀ ਸੂਚੀ ਆਈ ਉਹਦੇ ਵਿੱਚ ਮੁਹੰਮਦ ਮੁਸਤਫਾ ਹੋਰੀ ਹੈ ਨੀ ਸੀਗੇ। ਉਹਦੇ ਵਿੱਚ ਜਿਹੜੇ ਦੋ ਆਫਿਸਰ ਹੋਰ ਜਿਹੜੇ ਆਏ ਉਹ ਜੂਨੀਅਰ ਸਨ ਜੀ ਦੋਨੋਂ ਦਿਨਕਰ ਗੁਪਤਾ ਹੋਰਾਂ ਤੋਂ। ਟੈਕਨੀਕਲੀ ਦਿਨਕਰ ਗੁਪਤਾ ਹੋਰਾਂ ਨੇ ਜਿਹੜਾ ਜੀ ਉਹ ਬਣਨਾ ਹੀ ਸੀਗਾ DGP ਔਰ ਦਿਨਕਰ ਗੁਪਤਾ ਹੋਰਾਂ ਨੇ ਬਕਾਇਦਾ ਤੌਰ ਦੇ ਉੱਤੇ ਆਪਣਾ ਜਿਹੜਾ ਜੀ ਉਹ ਅਹੁਦਾ ਸੰਭਾਲ ਲਿਆ ਔਰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਦੋ ਰੇਸ ਦੇ ਵਿੱਚ ਸੀਗੇ ਸਮੰਤ ਗੋਇਲ ਤੇ ਮੁਹੰਮਦ ਮੁਸਤਫਾ ਇਹਨਾਂ ਨੂੰ ਪਛਾੜਿਆ ਜੀ। ਇੱਕ ਤਾਂ ਜਿਹੜੇ ਸਮੰਤ ਗੋਇਲ ਨੇ ਜੀ ਉਹਨਾਂ ਦੀ ਰਿਟਾਇਰਮੈਂਟ ਦੇ ਵਿੱਚ 2 ਸਾਲ ਤੋਂ ਘੱਟ ਦਾ ਸਮਾਂ। ਮੁਹੰਮਦ ਮੁਸਤਫਾ ਹੋਰਾਂ ਦਾ ਇਸ ਸੂਚੀ ਦੇ ਵਿੱਚੋਂ ਗਾਇਬ ਹੋਣਾ ਉਹਨਾਂ ਦੀ ਪਤਨੀ ਹੈ ਜੀ ਕਾਰਨ, ਜਿਹੜੀ ਕਿ ਕੈਬਨਿਟ ਮੰਤਰੀ ਹੈ ਪੰਜਾਬ ਦੀ ਸਰਕਾਰ ਦੇ ਵਿੱਚ। ਇਹ ਬਹੁਤ ਵੱਡਾ ਟੈਕਨੀਕਲ ਕਾਰਨ ਹੈ। ਹਾਲਾਂਕਿ ਮੁਹੰਮਦ ਮੁਸਤਫਾ ਜੀ ਇਹ ਕਹਿੰਦੇ ਆ ਕਿ ਉਹ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਿਰੋਧ ਦੇ ਵਿੱਚ ਨੇ ਨਾ ਪੰਜਾਬ ਸਰਕਾਰ ਦੇ, ਬਲਕਿ UPSC ਦੇ ਵਿਰੋਧ ਦੇ ਵਿੱਚ ਨੇ ਜਿਨ੍ਹਾਂ ਨੇ ਉਹਨਾਂ ਦਾ ਨਾਮ ਇਸ ਸੂਚੀ ਦੇ ਵਿੱਚੋਂ ਪਾਸੇ ਕੱਢ ਕੇ ਉਹਨਾਂ ਦੇ ਉੱਤੇ ਇੱਕ ਧੱਬਾ ਜਿਹੜਾ ਜੀ ਉਹ ਲਾ ਦਿੱਤਾ। ਉਹ ਕਹਿੰਦੇ ਆ ਕਿ ਉਹ ਸੁਪਰੀਮ ਕੋਰਟ ਜਿਹੜਾ ਜਾਣਗੇ ਜਾਂ ਨਹੀਂ ਇਹ ਆਉਂਦੇ ਦਿਨ ਜਿਹੜੇ ਜੀ ਉਹ ਦੱਸਣਗੇ। ਕੈਪਟਨ ਸਾਹਿਬ ਨੂੰ ਜਦੋਂ ਕੱਲ੍ਹ ਇਹ ਸਵਾਲ ਜਿਹੜਾ ਜੀ ਕੀਤਾ ਗਿਆ ਇਸ ਸੰਬੰਧੀ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਸਰਕਾਰ ਦਾ ਇਹਦੇ ਵਿੱਚ ਕੋਈ ਹੱਥ ਨਹੀਂ ਗਾ, ਜਿਹੜੇ DGP ਨੇ ਉਹ ਕਿਹਨੂੰ ਲਿਆਉਣਾ ਕਿਹਨੂੰ ਨਹੀਂ ਲਿਆਉਣਾ ਇਹਦੇ ਵਿੱਚ। ਉਹਨਾਂ ਨੇ ਕਿਹਾ ਕਿ UPSC ਨੇ ਇਹ ਸੂਚੀ ਜਿਹੜੀ ਹੈ ਜੀ ਉਹ ਜਾਰੀ ਕੀਤੀ ਹੈ। ਹੁਣ ਇਹ ਸਮਝਿਆ ਜਾ ਰਿਹਾ ਕਿ ਜਿਹੜੇ ਦਿਨਕਰ ਗੁਪਤਾ ਨੇ ਜੀ ਉਹ ਇੱਕ ਨਵੀਂ ਟੀਮ ਜਿਹੜੀ ਜੀ ਉਹ ਤਿਆਰ ਕਰਨਗੇ ਜਿਹਦੇ ਵਿੱਚ ਇੰਟੈਲੀਜੈਂਸ ਦੇ ਮੁਖੀ ਦੀ ਜ਼ਿੰਮੇਦਾਰੀ ਜਿਹੜੀ ਹੈ ਜੀ ਉਹ ਕਿਸੇ ਆਪਣੇ ਨਜ਼ਦੀਕੀ ਨੂੰ ਦੇ ਸਕਦੇ ਆ, ਕਿਉਂਕਿ ਬਾਰਡਰ ਸਟੇਟ ਹੋਣ ਕਰਕੇ ਇੰਟੈਲੀਜੈਂਸ ਚੀਫ ਜਿਹੜਾ ਜੀ ਉਹਦਾ DP ਦੇ ਨਾਲ ਤਾਲਮੇਲ ਜਿਹੜਾ ਜੀ ਉਹ ਜ਼ਰੂਰੀ ਆ। ਦੂਜੇ ਪਾਸੇ ਕੁਝ ਜਿਹੜੀਆਂ ਮੁਸ਼ਕਲਾਂ ਦਿਨਕਰ ਗੁਪਤਾ ਹੋਰਾਂ ਦੇ ਸਾਹਮਣੇ ਜਿਹੜੀਆਂ ਜੀ ਉਹ ਹੋਣਗੀਆਂ, ਇੱਕ ਤਾਂ ਪੁਲਿਸ ਦੇ ਵਿਚਾਲੇ ਜਿਹੜਾ ਚੱਲ ਰਿਹਾ ਖਿਚਾਅ 2 ਸਾਲਾਂ ਤੋਂ ਜ਼ਿਆਦਾ ਆ ਉਹ ਬਾਕੀਆਂ ਨਾਲ ਉਹ ਹੈਂਡਲ ਕਰ ਲੈਣਗੇ। ਮੁਹੰਮਦ ਮੁਸਤਫਾ ਹੋਰਾਂ ਦੇ ਜਿਹੜਾ ਜੀ ਉਹਨਾਂ ਦੇ ਨਾਲ ਉਹਨਾਂ ਨੂੰ ਥੋੜ੍ਹਾ ਹੈਂਡਲ ਕਰਨਾ ਪਊਗਾ। ਸੈਕਿੰਡ ਜਿਹੜੇ ਚੱਟੋਪਾਧਿਆ ਸਾਹਿਬ ਨੇ ਜੀ ਉਹ ਇਸ ਵੇਲੇ ਚੁੱਪ ਨੇ,
ਔਰ ਉਹ ਦਿਨਕਰ ਗੁਪਤਾ ਹੋਰਾਂ ਤੋਂ ਸੀਨੀਅਰ ਨੇ ਸੀਨੀਓਰਿਟੀ ਦੇ ਲਿਹਾਜ਼ ਦੇ ਨਾਲ, ਉਹਨਾਂ ਦੇ ਨਾਲ ਹੈਂਡਲ ਕਰਨਾ ਵੀ ਉਹਨਾਂ ਦੇ ਵਾਸਤੇ ਇੱਕ ਚੁਣੌਤੀ ਹੋਊਗੀ। ਜੀ, ਤੇ ਅੱਗੇ ਜੁਰਕਪੁਰ ਦੀ ਜੇ ਗੱਲ ਕਰੀਏ ਤਾਂ ਉੱਥੇ ਗੈਂਗਸਟਰਾਂ ਤੇ ਪੁਲਿਸ ਦਾ ਆਪਸ ਵਿੱਚ ਜਿਹੜਾ ਮੁਕਾਬਲਾ ਹੋਇਆ ਤਾਂ ਇੱਕ ਨਾਮੀ ਗੈਂਗਸਟਰ ਮਾਰਿਆ ਗਿਆ। ਐਕਚੁਲੀ ਦੇਖਿਆ ਜਾਵੇ ਤਾਂ ਇਹ ਬੜੀ ਜਿਹੜੀ ਦੀ ਦੋ ਜਿਹੜੀਆਂ ਨਿਊਜ਼ ਨੇ ਉਹਨਾਂ ਨੂੰ ਮਿਲਾ ਕੇ ਜਿਹੜਾ ਦੀ ਉਹ ਦੇਖਿਆ ਜਾਵੇ ਤੇ ਪਟਿਆਲੇ ਦੇ ਵਿੱਚ 2 ਦਿਨ ਪਹਿਲਾਂ ਜਿਹੜਾ ਦੀ ਮੁਕਾਬਲਾ ਹੋਇਆ ਪੁਲਿਸ ਦੇ ਨਾਲ, ਇੱਥੋਂ ਇੱਕ ਘਰ ਦੇ ਵਿੱਚ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਦੀ ਉਹ ਗੈਂਗਸਟਰ ਰਹਿੰਦੇ ਸੀਗੇ। ਇਹ ਪਟਿਆਲਾ ਪੁਲਿਸ ਦੀ ਕਾਮਯਾਬੀ ਸੀ ਕਿ ਉਹਨਾਂ ਨੇ ਇਹ ਫੜੇ ਔਰ ਬਾਅਦ ਦੇ ਵਿੱਚ ਜਿਹੜੇ ਇੱਥੋਂ ਭੱਜੇ ਉਹ ਵੀ ਫੜੇ ਗਏ, ਪਰ ਇਹਦਾ ਦੂਜਾ ਪੱਖ ਇਹ ਵੀ ਆ ਕਿ ਜਿਹੜੇ ਮੁਹੱਲੇ ਵਾਲੇ ਸੀਗੇ ਉਹ ਸੰਬੰਧਿਤ ਥਾਣੇ ਦੇ ਵਿੱਚ ਜਾ ਕੇ ਕੰਪਲੇਂਟ ਕਈ ਵਾਰ ਕਰ ਆਏ ਸੀਗੇ ਕਿ ਇੱਥੇ ਏਦਾਂ ਧਮੱਚੜ ਜਿਹੜਾ ਦੀ ਉਹ ਰਾਤ ਨੂੰ ਪੈਂਦਾ, ਤੇ ਪੁਲਿਸ ਨੇ ਉਹਦੇ ਉੱਤੇ ਕੋਈ ਕੰਨ ਜਿਹੜਾ ਦੀ ਉਹ ਨਹੀਂ ਸੀ ਧਰਿਆ, ਮਤਲਬ ਕਿ ਸਮੇਂ ਸਿਰ ਕਾਰਵਾਈ ਜਿਹੜੀ ਉਹ ਨਹੀਂ ਸੀ। ਮੁੜ ਕੇ ਕਾਰਵਾਈ ਜ਼ਰੂਰ ਹੋ ਗਈ, ਉਹ 8 ਤੋਂ 10 ਜਿਹੜੇ ਦੀ ਉਹ ਦੱਸੇ ਜਾਂਦੇ ਆ, 5 ਤਾਂ ਉਹਨਾਂ ਦੇ ਵਿੱਚੋਂ ਜਿਹੜਾ ਦੀ ਉਹ ਗ੍ਰਿਫਤਾਰ ਹੋ ਗਏ ਆ। ਹੁਣ ਦੂਸਰਾ ਜ਼ੀਰਕਪੁਰ ਦੇ ਵਿੱਚ ਜਿਹੜਾ ਜੀ ਇਹ ਪੀਰ ਮੁਛੱਲਾ ਇਲਾਕਾ ਹੈ ਜੀ, ਇਹ ਅਪਾਰਟਮੈਂਟਸ ਨੇ ਇੱਥੇ ਬਹੁਤੀਆਂ ਜਿਹੜੀਆਂ, ਇੱਥੇ ਗੈਂਗਸਟਰਾਂ ਤੇ ਪੁਲਿਸ ਦੇ ਵਿਚਾਲੇ ਜਿਹੜਾ ਜੀ ਮੁਕਾਬਲਾ ਹੋਇਆ, ਇਹਦੇ ਵਿੱਚ ਇੱਕ ASI ਦੇ ਵੀ ਗੋਲੀ ਜਿਹੜੀ ਦੀ ਉਹ ਲੱਗੀ ਦੱਸੀ ਜਾ ਰਹੀ ਹੈ। ਇਸ ਮੁਕਾਬਲੇ ਦੇ ਵਿੱਚ ਗੰਗਾ ਨਗਰ ਪੁਲਿਸ ਦੀ ਵਿਸ਼ੇਸ਼ ਟੀਮ ਵੀ ਸ਼ਾਮਲ ਜਿਹੜਾ ਉਹ ਸੀਗੀ, ਕਿਉਂਕਿ ਜਿਹੜਾ ਗੈਂਗਸਟਰ ਇੱਥੇ ਇਨਾਮੀ ਗੈਂਗਸਟਰ ਸੀਗਾ ਜੀ, ਇਹ ਮਾਰਿਆ ਗਿਆ ਅੰਕਿਤ ਭਾਦੂ, 25 ਸਾਲਾਂ ਦਾ ਸੀਗਾ ਜੀ, ਇਹ ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ਾਰਪ ਸ਼ੂਟਰ ਜਿਹੜਾ ਜੀ ਉਹ ਦੱਸਿਆ ਜਾਂਦਾ। ਪੀਰ ਮੁਛੱਲਾ ਦੇ ਅਪਾਰਟਮੈਂਟ ਦੇ ਵਿੱਚ ਇੱਥੇ ਇਹ ਜਿਹੜੇ ਜੀ 3 ਗੈਂਗਸਟਰ ਲੁਕੇ ਹੋਣ ਦੀ ਸੂਹ ਸੀਗੀ, ਜਿਦੋਂ ਬਾਅਦ ਜਿਹੜੀ ਇਹ ਵਿਸ਼ੇਸ਼ ਜਾਂਚ ਟੀਮ ਹੈ ਜੀ ਉਹਨੇ ਇਸ ਇਲਾਕੇ ਨੂੰ ਘੇਰਿਆ। ਅਪਾਰਟਮੈਂਟ ਦੀ ਦੂਜੀ ਮੰਜ਼ਿਲ ਦੇ ਉੱਤੇ ਫਲੈਟ ਦੇ ਵਿੱਚ ਪਹੁੰਚੀ ਪੁਲਿਸ ਨੇ ਉਹਨੂੰ ਸਰੈਂਡਰ ਕਰਨ ਲਈ ਕਿਹਾ ਤੇ ਉਹਨੇ ਗੋਲੀਆਂ ਜਿਹੜੀਆਂ ਜੀ ਉਹ ਚਲਾਉਣੀਆਂ ਸ਼ੁਰੂ ਕਰਤੀਆਂ। ਜਿਹੜਾ ਭਾਦੂ ਸੀਗਾ ਜੀ ਉਹਨੇ ਦੂਜੀ ਮੰਜ਼ਿਲ ਤੋਂ ਪਹਿਲੀ ਮੰਜ਼ਿਲ ਦੇ ਉੱਤੇ ਛਾਲ ਮਾਰਤੀ ਤੇ ਇੱਕ ਛੋਟੀ ਬੱਚੀ ਸੀ 6 ਸਾਲਾਂ ਦੀ, ਉਹਨੂੰ ਚੁੱਕ ਕੇ ਜਿਹੜਾ ਜੀ ਪਿਸਤੌਲ ਉਹਦੇ ਕੰਨ ਦੇ ਨਾਲ ਜਿਹੜਾ ਲਾ ਲਿਆ, ਔਰ ਪੁਲਿਸ ਨੇ ਇਹ ਕਿਹਾ ਕਿ ਜੇ ਉਹਨੂੰ ਮਾਰੂਗੀ ਤਾਂ ਉਹ ਬੱਚੀ ਨੂੰ ਜਿਹੜਾ ਜੀ ਉਹ ਮਾਰ ਸਕਦਾ। ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਜਿਹੜੀ ਗੋਲੀ ਸੀ ਉਹ ਭਾਦੂ ਦੇ ਲੱਗੀ ਔਰ ਉਹਦੀ ਉੱਥੇ ਜਿਹੜਾ ਜੀ ਉਹ ਡੈਥ ਹੋ ਗਈ। ਜਿਹੜੇ ਕੁਛ ਛਰੇ ਨੇ ਉਹ ਇਸ ਛੋਟੀ ਬੱਚੀ ਦੇ ਵੀ ਜਿਹੜਾ ਜੀ ਉਹ ਲੱਗੇ ਆ। ਤੋਂ ਬਾਅਦ ਜਿਹੜੇ ਉਹਦੇ ਸਾਥੀ ਸੀਗੇ ਗਿੰਦਾ ਕਾਣਾ ਤੇ ਜਰਮਨ ਜੀਰਾ, ਇਹਨਾਂ ਦੋਨਾਂ ਨੇ ਜਿਹੜਾ ਜੀ ਉਹ ਆਤਮ ਸਮਰਪਣ ਕਰ ਦਿੱਤਾ, ਕਿਉਂਕਿ ਪੁਲਿਸ ਨੇ ਭਾਦੂ ਵਾਲਾ ਹਾਲ ਉਹਨਾਂ ਨੂੰ ਕਰਨ ਦੀ ਜਿਹੜੀ ਸੀ ਉਹ ਚੇਤਾਵਨੀ ਦਿੱਤੀ। ਜਿਹੜਾ ਮਾਰਿਆ ਗਿਆ ਇਹ ਅੰਕਿਤ ਭਾਦੂ ਹੈ, ਇਹ ਪੰਜਾਬ ਤੇ ਰਾਜਸਥਾਨ ਦੇ ਵਿੱਚ ਕਈ ਵਾਰਦਾਤਾਂ ਦੇ ਵਿੱਚ ਲੜੀਂਦਾ ਸੀਗਾ ਔਰ ਨਾਭਾ ਜੇਲ੍ਹ ਚੋਂ ਫਰਾਰ ਹੋਣ ਤੋਂ ਬਾਅਦ ਜਿਹੜਾ ਗੈਂਗਸਟਰ ਵਿੱਕੀ ਗੌਂਡਰ ਸੂ ਸੀਗਾ ਜੀ ਉਹਨੂੰ ਇਹਨੇ ਪਨਾਹ ਜਿਹੜੀ ਉਹ ਦਿੱਤੀ ਸੀਗੀ। ਜਿਹੜਾ ਜਿਹੜੇ ਗੈਂਗ ਦੇ ਨਾਲ ਸੰਬੰਧਿਤ ਦੱਸਿਆ ਜਾਂਦਾ ਲਾਰੈਂਸ ਬਿਸ਼ਨੋਈ, ਲਾਰੈਂਸ ਬਿਸ਼ਨੋਈ ਜਿਹੜਾ ਜੀ ਉਹ ਜੇਲ੍ਹ ਦੇ ਵਿੱਚ ਹੈ ਬੀਤੇ ਲੰਬੇ ਸਮੇਂ ਤੋਂ, ਔਰ ਇਹ ਕਿਹਾ ਜਾਂਦਾ ਕਿ ਉਹ ਜੇਲ੍ਹ ਦੇ ਵਿੱਚੋਂ ਆਪਰੇਟ ਕਰਦਾ, ਇਹ ਉਹਦਾ ਹੀ ਸ਼ਾਰਪ ਸ਼ੂਟਰ ਸੀਗਾ ਜੀ। ਸਵਾਲ ਜਿਹੜਾ ਜੀ ਉਹ ਇਹ ਆ ਕਿ ਵੱਖ ਵੱਖ ਸ਼ਹਿਰਾਂ ਦੇ ਵਿੱਚ ਏਡੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਜੀ ਉਹ ਗੈਂਗਸਟਰ ਬੈਠੇ ਹੋਣੇ, ਬੇਸ਼ੱਕ ਇਹ ਦੋਨੋਂ ਸਫਲ ਜਿਹੜੇ ਆ ਜੀ ਪੁਲਿਸ ਦੇ ਜਿਹੜੀਆਂ ਰੇਡ ਨੇ ਉਹ ਕਹੀਆਂ ਜਾ ਸਕਦੀਆਂ ਨੇ, ਪਰ ਇਹ ਕਿੰਨੇ ਕੁ ਨੇ? ਕਿਸੇ ਟਾਈਮ ਕੁਛ ਸਮਾਂ ਪਹਿਲਾਂ ਇਹ ਕਿਹਾ ਜਾਂਦਾ ਸੀਗਾ ਕਿ ਜਾਂ ਫੜ ਲਏ ਆ ਜਾਂ ਜਿਹੜੇ ਜੀ ਉਹ ਮਾਰ ਦਿੱਤੇ ਗਏ ਆ, ਪਰ ਇਹ ਦੋ ਜਿਹੜੀਆਂ ਖਬਰਾਂ ਇੱਕ ਹਫਤੇ ਦੇ ਵਿੱਚ ਜਿਹੜੀਆਂ ਉਹ ਵਾਪਰੀਆਂ ਨੇ, ਇਹ ਇੱਕ ਡਿਫਰੈਂਟ ਕਹਾਣੀ ਜਿਹੜੀ ਜੀ ਉਹ ਕਹਿ ਰਹੀਆਂ ਨੇ। ਸਵਾਲ ਸਭ ਤੋਂ ਵੱਡਾ ਇਹ ਆ ਕਿ ਇਹਨਾਂ ਗੈਂਗਸਟਰ ਦੇ ਨਾਲ ਕੌਣ ਜਿਹੜੇ ਜੀ ਉਹ ਜਾ ਕੇ ਜੁੜਦੇ ਜਾ ਰਹੇ ਨੇ। 25 ਸਾਲ ਦੀ ਉਮਰ ਕੋਈ ਬਹੁਤ ਜ਼ਿਆਦਾ ਉਮਰ ਨਹੀਂ ਹੁੰਦੀ, ਤੇ ਇੰਨੀ ਯੰਗ ਉਮਰ ਦੇ ਜਿਹੜੇ ਮੁੰਡੇ ਨੇ ਉਹ ਇਹਨਾਂ ਗੈਂਗਸਟਰ ਦੇ ਨਾਲ ਕਿਉਂ ਮਿਲ ਰਹੇ ਨੇ, ਕੀ ਉਹਨਾਂ ਦੇ ਵਧੇ ਹੋਏ ਖਰਚੇ ਜਿਹੜੇ ਦੀ ਕਾਰਨ ਹੈ, ਜਾਂ ਜੋ ਕੁਛ ਪੰਜਾਬੀ ਕਲਚਰ ਦੇ ਵਿੱਚ ਖਾਸ ਤੌਰ ਦੇ ਉੱਤੇ ਗਾਇਕਾਂ ਨੇ ਜਿਹੋ ਜਿਹਾ ਜਿਹੜਾ ਜੀ ਬਣਾ ਦਿੱਤਾ ਹੋਇਆ ਕਲਚਰ, ਕੀ ਉਹਦੇ ਤੋਂ ਅਟਰੈਕਟ ਹੋ ਕੇ ਜਿਹੜਾ ਜੀ ਇਸ ਪਾਸੇ ਵੱਲ ਨੂੰ ਜਾ ਰਹੇ ਨੇ? ਇਹ ਬਹੁਤ ਵੱਡੇ ਸਵਾਲ ਨੇ ਜੀ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਦੇ ਵਾਸਤੇ। ਬਿਲਕੁਲ ਜੀ, ਫਿਕਰਮੰਦੀ ਵਾਲੀ ਗੱਲ ਆ। ਪੰਜਾਬ ਦੇ ਵਿੱਚੋਂ ਬੱਬਰ ਲਹਿਰ, ਆਜ਼ਾਦੀ ਘੁਲਾਟੀਏ ਤਾਂ ਬਹੁਤ ਪੈਦਾ ਹੋਏ ਆ 1984 ਤੋਂ ਬਾਅਦ ਤੱਕ ਵੀ, ਪਰ ਆਹ ਜਿਹੜਾ ਗੈਂਗਸਟਰਾਂ ਵਾਲਾ ਕੰਮ ਆ ਨਾ, ਇਹ ਕੋਈ ਇੱਕ ਨਵੀਂ ਚੀਜ਼ ਹੀ ਆ ਪੰਜਾਬ ਦੇ ਵਿੱਚ, ਸ਼ਾਇਦ ਇਹਦੀ ਕਮੀ ਸੀਗੀ। ਅੱਗੇ ਆਪਾਂ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਅਤੇ ਰਣਜੀਤ ਸਿੰਘ ਹੋਰੀ ਪਹੁੰਚੇ ਕੋਰਟ। ਐਕਚੁਲੀ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਦੀਆਂ ਮੁਸ਼ਕਲਾਂ ਤਾਂ ਜਿਹੜੀਆਂ ਉਹ ਡੇ ਬਾਈ ਡੇ ਵੱਧਦੀਆਂ ਜਿਹੜੀਆਂ ਦੀ ਉਹ ਜਾ ਰਹੀਆਂ ਨੇ, ਕਿਉਂਕਿ ਸਭ ਤੋਂ ਵੱਡੀ ਮੁਸ਼ਕਲ ਤਾਂ ਜਿਹੜੀ ਪੈਣ ਵਾਲੀ ਆ ਸੰਭਾਵੀ, ਉਹ ਕਿਹਾ ਜਾ ਰਿਹਾ ਕਿ
ਜਿਹੜੇ ਬਹਿਬਲ ਕਲਾਂ ਗੋਲੀ ਕਾਂਡ ਕੋਟਕਪੂਰਾ ਜਿਹੜਾ ਵੀ ਜੋ ਕੁਛ ਹੋਇਆ ਉਹਦੇ ਵਿੱਚ ਹੋ ਰਹੀ ਜਿਹੜੀ ਜਾਂਚ ਹੈ ਉਹ ਉਹਦੀ ਤਲਵਾਰ ਜਿਹੜੀ ਜੀ ਉਹ ਲਟਕੀ ਹੋਈ ਤੁਸੀਂ ਕਹਿ ਸਕਦੇ ਹੋ ਇਸ ਉਹਨਾਂ ਦੇ ਸਿਰ ਦੇ ਉੱਤੇ ਜਿਹੜੀ ਉਹ ਲਟਕੀ ਹੋਈ ਹੈ ਕਿਉਂਕਿ ਹੌਲੀ ਹੌਲੀ ਇਹ ਉਸ ਪਾਸੇ ਵੱਲ ਨੂੰ ਜਾਂਚ ਜਿਹੜੀ ਹੈ ਜੀ ਉਹ ਜਾ ਰਹੀ ਹੈ। ਮਰਿਆਦਾ ਕਮੇਟੀ ਨੇ ਸੱਦਿਆ ਸੀਗਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ, ਉਹ ਪੇਸ਼ ਨਹੀਂ ਹੋਏ ਕਿਉਂਕਿ ਝੂਠ ਬੋਲਿਆ ਇੱਕ ਤਾਂ, ਇੱਕ ਦੋ ਹੋਰ ਚੀਜ਼ਾਂ ਸੀ ਜਿਹਦੇ ਮਾਮਲੇ 'ਚ ਸੱਦਿਆ ਸੀਗਾ, ਜਾਣਾ ਤਾਂ ਪੈਣਾ ਜਿਹੜਾ ਜੀ ਸੂਨਰ ਔਰ ਲੇਟਰ। ਇੱਕ ਨਵੀਂ ਮੁਸ਼ਕਲ ਜਿਹੜੀ ਹੈ ਜੀ ਉਹ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਜਿਹੜੀ ਹੈ ਜੀ ਉਹ ਕਰ ਦਿੱਤੀ ਹੈ, ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਗਏ ਆ। ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਆਪਣੀ ਸ਼ਿਕਾਇਤ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੀਤੀ ਆ, ਉਹਦੇ 'ਚ ਕਮਿਸ਼ਨ ਆਫ ਇਨਕੁਆਇਰੀ ਐਕਟ 1952 ਦੀਆਂ ਧਾਰਾਵਾਂ ਦੇ ਤਹਿਤ ਕਾਰਵਾਈ ਦੀ ਮੰਗ ਕੀਤੀ ਆ। ਇਹਨਾਂ ਧਾਰਾਵਾਂ ਦੇ ਵਿੱਚ ਦਰਜ ਹੈ ਕਿ ਜੇ ਕੋਈ ਵਿਅਕਤੀ ਲਿਖਤੀ, ਸ਼ਬਦੀ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਕਮਿਸ਼ਨ ਜਾਂ ਇਹਦੇ ਮੈਂਬਰ ਦਾ ਅਪਮਾਨ ਕਰਦਾ ਤਾਂ ਉਹਨੂੰ 6 ਮਹੀਨੇ ਦੀ ਕੈਦ ਜਾਂ ਜੁਰਮਾਨਾ ਦੋਵੇਂ ਸਜ਼ਾਵਾਂ ਜਿਹੜੀਆਂ ਜੀ ਉਹ ਦਿੱਤੀਆਂ ਜਾ ਸਕਦੀਆਂ ਨੇ। ਇਸ ਸੰਬੰਧ ਦੇ ਵਿੱਚ ਕਮਿਸ਼ਨ ਦੇ ਕਿਸੇ ਮੈਂਬਰ ਜਾਂ ਅਧਿਕਾਰੀ ਦੇ ਵੱਲੋਂ ਧਿਆਨ ਦੇ ਵਿੱਚ ਲਿਆਉਣ ਤੇ ਹਾਈ ਕੋਰਟ ਇਹਦਾ ਆਪਣੇ ਤੌਰ ਦੇ ਉੱਤੇ ਵੀ ਨੋਟਿਸ ਜਿਹੜਾ ਜੀ ਉਹ ਲੈ ਸਕਦੀ ਹੈ। ਜਦੋਂ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਸੀ ਉਸ ਟਾਈਮ ਜੋ ਕੁਛ ਉਹਨਾਂ ਦੇ ਬਾਰੇ 'ਚ ਬੋਲਿਆ ਗਿਆ ਸੀਗਾ ਸਾਬਕਾ ਜਸਟਿਸ ਦੇ ਬਾਰੇ ਦੇ ਵਿੱਚ ਉਹ ਸਭ ਨੂੰ ਪਤਾ ਜੀ, ਵੱਖ ਵੱਖ ਪ੍ਰੈਸ ਕਾਨਫਰੰਸਾਂ ਦੇ ਵਿੱਚ ਵੀਡੀਓ ਦੇ ਰੂਪ ਦੇ ਵਿੱਚ ਔਰ ਵਿਧਾਨ ਸਭਾ ਦੇ ਬਾਹਰ 5 ਰੁਪਈਏ ਕਿਲੋ 10 ਰੁਪਈਏ ਕਿਲੋ ਦੇ ਹਿਸਾਬ ਦੇ ਨਾਲ ਜਿਹੜੀ ਹੈ ਜੀ ਇਹ ਰਿਪੋਰਟ ਵੇਚੀ ਗਈ ਸੀ। ਇਹ ਕਿਹਾ ਗਿਆ ਸੀਗਾ ਕਿ ਇਹਨੂੰ ਰੱਦੀ ਦੇ ਭਾਅ ਕੋਈ ਨਹੀਂ ਖਰੀਦਦਾ, ਪਰ ਜਿਹੜੇ ਸਾਬਕਾ ਜਸਟਿਸ ਨੇ ਜੀ ਉਹਨਾਂ ਨੇ ਇੰਤਜ਼ਾਰ ਕੀ ਔਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਫੈਸਲਾ ਆਇਆ ਜਿਹਦੇ ਵਿੱਚ ਪੁਲਿਸ ਵਾਲੇ ਹਾਈ ਕੋਰਟ ਗਏ ਹੋਏ ਸੀਗੇ ਉਹਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਾਬਕਾ ਜਸਟਿਸ ਦੇ ਕਮਿਸ਼ਨ ਦੀ ਰਿਪੋਰਟ ਨੂੰ ਜਾਇਜ਼ ਠਹਿਰਾਇਆ ਔਰ ਇਹਦੀ ਜਾਂਚ CBI ਨੂੰ ਦੇਣ ਤੋਂ ਨਾ ਕੀਤੀ, SIT ਦੀ ਜਾਂਚ ਨੂੰ ਸਹੀ ਦਰਸਾਇਆ। ਇਹ ਰਿਪੋਰਟ ਆਉਣ ਤੋਂ ਬਾਅਦ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਔਨ ਰਿਕਾਰਡ ਜਿਹੜੀ ਜੀ ਇਹ ਗੱਲ ਆ ਚੁੱਕੀ ਹੈ ਕਿ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਉਹ ਸਹੀ ਸੀ ਤੇ ਹੁਣ ਸਾਬਕਾ ਜਸਟਿਸ ਜਿਹੜੇ ਰਣਜੀਤ ਸਿੰਘ ਹੋਰੀ ਨੇ ਉਹ ਅਦਾਲਤ ਦੇ ਵਿੱਚ ਗਏ ਨੇ ਔਰ ਉਹਨਾਂ ਨੇ ਸੁਖਬੀਰ ਬਾਦਲ ਤੇ ਵਿਕਰਮ ਮਜੀਠੀਆ ਦੇ ਖਿਲਾਫ ਜਿਹੜਾ ਮਾਨਹਾਨੀ ਜਿਹੜਾ ਤੁਹਾਨੂੰ ਦੱਸਿਆ ਜੀ ਕਿ ਜਿਹੜਾ ਇਨਕੁਆਇਰੀ ਐਕਟ 1952 ਹੈ ਇਹਦੇ ਤਹਿਤ ਕਾਰਵਾਈ ਦੀ ਜਿਹੜੀ ਜੀ ਉਹ ਮੰਗ ਕੀਤੀ ਹੈ। ਪੰਜਾਬ ਹਰਿਆਣਾ ਹਾਈ ਕੋਰਟ ਦਾ ਇਹਦੇ ਉੱਤੇ ਕੀ ਰੁੱਖ ਜਿਹੜਾ ਜੀ ਉਹ ਰਹਿੰਦਾ ਇਹ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਪਤਾ ਲੱਗ ਜੂਗਾ। ਇਹਦੇ ਵਿੱਚ ਉਹਨਾਂ ਨੇ ਅਪਮਾਨਜਨਕ, ਝੂਠੀ, ਭੜਕਾਊ ਬਿਆਨਬਾਜ਼ੀ ਜਿਹੜੇ ਉਹ ਅਖਬਾਰਾਂ ਦੀਆਂ ਕਟਿੰਗ ਦੇ ਰੂਪ ਦੇ ਵਿੱਚ, ਵੀਡੀਓ ਦੇ ਰੂਪ ਦੇ ਵਿੱਚ ਜਿਹੜੀ ਹੈ ਜੀ ਉਹ ਨਾਲ ਲਾਈ ਦੱਸੀ ਜੀ। ਦੇਖੋ ਕੁਛ ਤੇ ਹੋ ਕੇ ਰਹੂਗਾ, ਉਹ ਵੀ ਚੁੱਪ ਕਰਕੇ ਨਹੀਂ ਬੈਠਣਗੇ। ਤੇ ਅੱਗੇ ਆਪਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਰੋਜ਼ ਹੀ ਨਵੀਆਂ ਪੋਲੀਟੀਕਲ ਪਾਰਟੀਆਂ ਉੱਗ ਰਹੀਆਂ, ਪਰ ਇੱਕ ਚੌਥੀ ਧਿਰ ਆ ਜਿਨ੍ਹਾਂ ਨੇ ਖੁਦ ਮੁਖਤਿਆਰੀ ਲੈਣੀ ਆ। ਜੇ ਉਹਨਾਂ ਦੀ ਜੇ ਗੱਲ ਕਰੀਏ ਤਾਂ ਟਿਕਟਾਂ ਨੂੰ ਲੈ ਕੇ ਉਹਨਾਂ ਦਾ ਰੇੜਕਾ ਵਧਿਆ। ਜੀ ਜਿਹੜਾ ਅਕਾਲੀ ਦਲ ਟਕਸਾਲੀ ਆ ਉਹ ਇਹ ਦਾਅਵਾ ਕਰ ਰਿਹਾ ਕਿ ਉਹ 7 ਸੀਟਾਂ ਤੋਂ ਚੋਣ ਜਿਹੜੀ ਜੀ ਉਹ ਲੜੂਗਾ। ਉੱਧਰ ਜਿਹੜਾ ਜੀ ਵੀ ਕਿਹਾ ਜਾ ਰਿਹਾ ਜਿਹੜਾ ਇਹ ਗੱਠਜੋੜ ਬਣਿਆ ਉਹਦੇ ਵਿੱਚ ਜਿਹੜਾ ਜੀ ਕਿ ਇਹ ਤੀਜਾ ਫਰੰਟ ਜਿਹੜਾ ਬਣ ਜਾਊਗਾ ਉਹ ਨਹੀਂ ਨਜ਼ਰ ਆ ਰਿਹਾ, ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਜੀ ਉਹ ਪਿਛਾਂ ਇਸ ਤੋਂ ਹਟ ਗਈ ਹੈ ਕਿ ਜਿੰਨੀ ਦੇਰ ਤੱਕ ਉਹਨਾਂ ਦੀ ਸ਼ਰਤ ਇਹ ਹੈ ਕਿ ਜਿੰਨੀ ਦੇਰ ਤੱਕ ਇਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਤੇ ਬੈਂਸ ਭਰਾ ਨੇ ਉਹਨਾਂ ਉਨੀ ਦੇਰ ਤੱਕ ਉਹ ਇਹਦਾ ਪਾਠ ਜਿਹੜਾ ਜੀ ਉਹ ਨਹੀਂ ਬਣਨਗੇ। ਬੇਸ਼ੱਕ ਜਿਹੜੇ ਸੇਖਵਾਂ ਸਾਹਿਬ ਨੇ ਉਹਨਾਂ ਦਾ ਬਿਆਨ ਆਇਆ ਕਿ ਉਹਨਾਂ ਦੀ ਗੱਲਬਾਤ ਜਿਹੜੀ ਹੈ ਜੀ ਉਹ ਜਾਰੀ ਆ ਤੇ 1-2 ਦਿਨਾਂ ਤੱਕ ਸਥਿਤੀ ਜਿਹੜੀ ਹੈ ਜੀ ਉਹ ਕਲੀਅਰ ਹੋ ਸਕਦੀ ਹੈ। ਪਤਾ ਨਹੀਂ ਜੀ ਇਹਦੇ ਵਿੱਚੋਂ ਜਿਹੜਾ ਜੀ ਕੀ ਨਿਕਲਦਾ, ਕਿਵੇਂ ਇਹ ਗੱਠਜੋੜ ਹੋਊਗਾ। ਪਰ ਦੂਜੇ ਪਾਸੇ ਇਹ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਕੁਛ ਜਿਹੜੀਆਂ ਸੀਟਾਂ ਨੇ ਉਹਨੂੰ ਲੈ ਕੇ ਰੇੜਕਾ ਜਿਹੜਾ ਜੀ ਉਹ ਬਰਕਰਾਰ ਇਸ ਵੇਲੇ ਬਣਿਆ ਹੋਇਆ। ਰਣਜੀਤ ਸਿੰਘ ਬ੍ਰਹਮਪੁਰਾ, ਰਸਪਾਲ ਸਿੰਘ ਰਾਜੂ, ਸਿਮਰਜੀਤ ਸਿੰਘ ਬੈਂਸ, ਸੁਖਪਾਲ ਸਿੰਘ ਖਹਿਰਾ ਜਿਹੜੇ ਨੇ ਜੀ ਇਹਦੇ 'ਚ ਸੀਟਾਂ ਦੀ ਵੰਡ ਦੇ ਉੱਤੇ ਚਰਚਾ ਤਾਂ ਹੋਣੀ ਸੀਗੀ, ਪਰ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦੀ ਜਿਹੜੀ ਸੀਟ ਆ ਉਹਨੂੰ ਲੈ ਕੇ ਰੇੜਕਾ ਜਿਹੜਾ ਜੀ ਉਹ ਖੜਾ ਹੋ ਗਿਆ, ਜਿਹਦੇ ਕਰਕੇ ਇਹ ਵੰਡ ਨਹੀਂ ਹੋ ਸਕੀ। ਟਕਸਾਲੀ ਜਿਹੜਾ ਅਕਾਲੀ ਦਲ ਹੈ ਜੀ ਉਹਦੇ ਵੱਲੋਂ ਦਾਅਵਾ ਪੇਸ਼ ਕੀਤਾ ਜਾ ਰਿਹਾ। ਦੂਜੇ ਪਾਸੇ ਜਿਹੜੀ ਬਸਪਾ ਦੇ ਰਸਪਾਲ ਸਿੰਘ ਰਾਜੂ ਆ ਉਹਨੇ ਵੀ ਆਪਣਾ ਜਿਹੜਾ ਜੀ ਇਸ ਸੀਟ ਦੇ ਉੱਤੇ ਹੱਕ ਜਿਹੜਾ ਜੀ ਉਹ ਪੇਸ਼ ਕੀਤਾ। ਜਿਹੜੀਆਂ ਇਨਸਾਫ ਮੋਰਚੇ ਵਿਚਲੀਆਂ ਸਿਆਸੀ ਧਿਰਾਂ ਦੇ ਨਾਲ ਗੱਠਜੋੜ ਦੇ ਮਾਮਲੇ ਦੇ ਉੱਤੇ ਵੀ ਕੋਈ ਜਿਹੜੀ ਉਹ ਅੱਗੇ ਪ੍ਰਗਤੀ ਨਹੀਂ ਹੋ ਸਕੀ। ਜਿਹੜਾ ਟਕਸਾਲੀ ਅਕਾਲੀ ਦਲ ਹੈ ਜੀ ਉਹ ਬੀਰ ਦਵਿੰਦਰ ਸਿੰਘ ਹੋਰਾਂ ਨੂੰ ਅਨੰਦਪੁਰ ਸਾਹਿਬ ਤੋਂ ਜਿਹੜੀ ਚੋਣ ਲੜਵਾਉਣੀ ਚਾਹੁੰਦਾ ਔਰ ਉਹ ਇਹ ਕਹਿੰਦਾ ਹੈ ਕਿ ਉਹਨਾਂ ਦੇ ਕੋਲੇ ਬੈਸਟ ਉਮੀਦਵਾਰ ਨੇ ਔਰ ਅਨੰਦਪੁਰ ਸਾਹਿਬ
ਜਿਹੜੀ ਜੀ ਉਹ ਧਾਰਮਿਕ ਇੱਕ ਪੁਆਇੰਟ ਆਫ ਵਿਊ ਦੇ ਨਾਲ ਉਹਨਾਂ ਦੇ ਹਿੱਸੇ ਜਿਹੜੀ ਜੀ ਉਹ ਆਉਣੀ ਚਾਹੀਦੀ। ਦੂਜੇ ਪਾਸੇ ਬਸਪਾ ਦਾ ਜਿਹੜਾ ਪ੍ਰਧਾਨ ਹੈ ਜੀ ਪੰਜਾਬ ਦਾ, ਉਹ ਇਹਦੇ ਉੱਤੇ ਆਪਣਾ ਜਿਹੜਾ ਜੀ ਉਹ ਛੱਡਣ ਦੇ ਵਾਸਤੇ ਤਿਆਰ ਨੀਗਾ। ਜਿਹੜਾ ਬਸਪਾ ਦਾ ਆਗੂ ਹੈ ਜੀ ਉਹ ਇਹ ਕਹਿੰਦਾ ਕਿ ਉਹਦੇ ਕੋਲੇ ਜੱਸੀ ਜਸਰਾਜ ਨੇ ਐਪਲੀਕੇਸ਼ਨ ਦਿੱਤੀ ਹੈ ਤੇ ਉਹ ਬਸਪਾ ਦੇ ਵੱਲੋਂ ਅਨੰਦਪੁਰ ਤੋਂ ਜਿਹੜੀ ਹੈ ਜੀ ਅਨੰਦਪੁਰ ਸਾਹਿਬ ਤੋਂ ਸੀਟ ਲੜੂਗਾ। ਉਹ ਕਹਿੰਦਾ ਕਿ ਉਹਨਾਂ ਦੇ ਕੋਲੇ ਵੀ ਜੱਸੀ ਜਸਰਾਜ ਹੈਗਾ, ਉਹਦੇ ਤੋਂ ਉਹ ਜਿਹੜੀ ਜੀ ਇਹ ਚੋਣ ਲੜਵਾ ਸਕਦੇ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਬੈਂਸ ਭਰਾਵਾਂ ਦੀ ਜਿਹੜੀ ਧਿਰ ਹੈ ਉਹ ਉਹਨਾਂ ਨੂੰ 3 ਸੀਟਾਂ ਤਕਰੀਬਨ ਜਿਹੜੀਆਂ ਦੀ ਉਹ ਛੱਡੀਆਂ ਜਾ ਰਹੀਆਂ ਨੇ, ਪਰ ਉਹ ਵੱਧ ਸੀਟਾਂ ਦੀ ਮੰਗ ਕਰ ਰਹੇ ਆ। 3 ਸੀਟਾਂ ਦੇ ਵਿੱਚ ਲੁਧਿਆਣਾ, ਸੰਗਰੂਰ ਤੇ ਫਤਿਹਗੜ੍ਹ ਸਾਹਿਬ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਦੂਜੇ ਪਾਸੇ ਇਹ ਵੀ ਹੈ ਕਿ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਟਕਸਾਲੀ ਦੇ ਵਿੱਚ ਜਿਹੜਾ ਜੀ ਉਹ ਸ਼ਾਮਿਲ ਹੋਏ ਸਨ ਸਾਬਕਾ ਮੈਂਬਰ ਪਾਰਲੀਮੈਂਟ ਰਾਜਪਾਲ ਸਿੰਘ ਜੀ, ਉਹਨਾਂ ਨੂੰ ਸੰਗਰੂਰ ਤੋਂ ਟਕਸਾਲੀ ਅਕਾਲੀ ਦਲ ਜਿਹੜਾ ਜੀ ਉਹ ਟਿਕਟ ਦੇਣੀ ਚਾਹੁੰਦਾ, ਜਦੋਂ ਕਿ ਇਹਦੇ ਉੱਤੇ ਦਾਅਵਾ ਜਿਹੜੇ ਜੀ ਉਹ ਬੈਂਸ ਭਰਾ ਵੀ ਜਿਹੜਾ ਜੀ ਉਹ ਕਰ ਰਹੇ ਨੇ। ਤੋ ਇਹ ਜਿਸ ਤਰੀਕੇ ਨਾਲ ਟਿਕਟਾਂ ਹੁਣ ਜਿਹੜੀਆਂ ਜੀ ਉਹ 13 ਸੀਟਾਂ ਨੇ, 7-7 ਜਿਹੜੇ ਜੀ ਉਹ ਸਾਰੇ ਹੀ ਦਾਅਵਾ ਕਰ ਰਹੇ ਆ, ਤੋ ਇੰਨੀਆਂ ਜਿਹੜੀਆਂ ਜੀ ਉਹ ਕਿਵੇਂ ਹੋਣਗੀਆਂ ਇਹ ਕਿਹਾ ਜਾ ਰਿਹਾ ਕਿ ਅਗਲੇ ਕੁਝ ਦਿਨਾਂ ਦੇ ਦੌਰਾਨ ਸਥਿਤੀ ਜਿਹੜੀ ਆ ਉਹ ਸਪਸ਼ਟ ਹੋ ਸਕਦੀ ਹੈ। ਜੀ ਚਲੋ, ਬਹੁਤ ਦਿਨ ਨਹੀਂ ਹੈਗੇ ਤੇ ਅੱਗੇ ਗੱਲ ਕਰਦੇ ਹਾਂ ਜੀ ਚਰਨਜੀਤ ਸ਼ਰਮਾ ਦੀ। ਆ ਜਿਹੜਾ ਪੁਲਿਸ ਵਾਲਾ ਅੰਦਰ ਆ ਤੇ ਉਹ ਲੋਕਾਂ ਤੇ ਗੋਲੀ ਚਲਾਉਣ ਵਾਲਾ ਹੁਣ ਲੋਕਾਂ ਤੋਂ ਹੀ ਡਰ ਰਿਹਾ। ਐਕਚੁਅਲੀ ਉਹਦਾ ਰਿਮਾਂਡ ਜਿਹੜਾ ਉਹ ਖਤਮ ਹੋਣ ਤੇ ਜਿਹੜਾ ਪੁਲਿਸ ਨੇ ਉਹਨੂੰ ਫਰੀਦਕੋਟ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਤੇ ਉੱਥੇ ਉਹਦੇ ਜਿਹੜੇ ਵਕੀਲ ਨੇ ਉਹਨਾਂ ਨੇ ਜਿਹੜੀ ਐਪਲੀਕੇਸ਼ਨ ਲਾਈ ਉਹ ਬੜੀ ਇਸ ਪੱਖੋਂ ਜਿਹੜੀ ਜੀ ਉਹ ਇੰਟਰਸਟਿੰਗ ਹੈ ਕਿ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਚਰਨਜੀਤ ਸ਼ਰਮਾ ਹੈ ਉਹ ਫਰੀਦਕੋਟ ਫਿਰੋਜ਼ਪੁਰ ਦੇ ਵਿੱਚ ਲੰਮਾ ਸਮਾਂ SSP ਵਜੋਂ ਲੱਗਿਆ ਰਿਹਾ ਤੇ ਉੱਥੇ ਉਹਨੇ ਕਈ ਸਮਗਲਰਾਂ ਤੇ ਗੈਂਗਸਟਰਾਂ ਨੂੰ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਸੀਗਾ, ਜਿਹਦੇ ਕਰਕੇ ਉਹਨੂੰ ਖਤਰਾ ਹੈ ਇਹਨਾਂ ਜੇਲ੍ਹਾਂ ਤੋਂ ਤੇ ਉਹਦੇ ਉੱਤੇ ਹਮਲਾ ਜਿਹੜਾ ਜੀ ਉਹ ਅੰਦਰ ਹੋ ਸਕਦਾ। ਜਿਹੜੀ ਇਹ ਐਪਲੀਕੇਸ਼ਨ ਲਾਈ ਗਈ ਸੀ ਉਹਦੇ ਵਕੀਲਾਂ ਦੇ ਵੱਲੋਂ ਜਿਹੜੇ ਸਰਕਾਰੀ ਵਕੀਲ ਸੀ ਉਹਨਾਂ ਨੇ ਨਕਾਰਿਆ ਇਸ ਨੂੰ, ਇਹ ਕਿਹਾ ਕਿ ਜੇਲ੍ਹ ਦੇ ਅੰਦਰ ਜਿਹੜਾ ਜੀ ਉਹ ਸੁਰੱਖਿਆ ਦਾ ਇੰਤਜ਼ਾਮ ਕਰਨਾ ਉਹ ਜੇਲ੍ਹ ਸੁਪਰਡੈਂਟ ਦੀ ਜਿਹੜੀ ਉਹ ਡਿਊਟੀ ਹੈ, ਇਸ ਕਰਕੇ ਉਹ ਉੱਥੇ ਜਿਹੜਾ ਜੀ ਉਹ ਇੰਤਜ਼ਾਮ ਕਰਨਗੇ। ਉਹਨੂੰ ਫਰੀਦਕੋਟ ਜੇਲ੍ਹ ਜਿਹੜਾ ਸੀ ਉਹ ਭੇਜਤਾ। ਫਰੀਦਕੋਟ ਜੇਲ੍ਹ ਜਾਂਦਿਆਂ ਸਾਰ ਐਕਚੁਲੀ ਉੱਥੋਂ ਉਹਨੂੰ ਟ੍ਰਾਂਸਫਰ ਬਾਹਰੋਂ ਹੀ ਜਿਹੜਾ ਜੀ ਉਹ ਕਰ ਦਿੱਤਾ ਗਿਆ ਇੱਥੇ ਪਟਿਆਲੇ ਦੀ ਜੇਲ੍ਹ ਦੇ ਵਿੱਚ। ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜੇ ਗਰਮ ਖਿਆਲੀ ਨੇ ਜੀ ਉਹ ਫਰੀਦਕੋਟ ਤੇ ਮੁਕਤਸਰ ਦੀਆਂ ਜੇਲ੍ਹਾਂ ਦੇ ਵਿੱਚ ਜਿਹੜਾ ਜੀ ਉਹ ਬੰਦ ਨੇ। ਗੈਂਗਸਟਰ ਜਾਂ ਸਮਗਲਰਾਂ ਤੋਂ ਖਤਰਾ ਨਹੀਂ ਬਲਕਿ ਚਰਨਜੀਤ ਸ਼ਰਮਾ ਨੂੰ ਜਿਹੜਾ ਜੀ ਉਹ ਗਰਮ ਖਿਆਲੀਆਂ ਤੋਂ ਖਤਰਾ ਜਿਹੜਾ ਜੀ ਉਹ ਕਿਹਾ ਜਾ ਰਿਹਾ। ਚਰਨਜੀਤ ਸ਼ਰਮਾ ਨੇ ਕੀ ਕੁਛ ਜਿਹੜਾ ਜੀ ਕਿਹਾ ਆਪਣੀ ਪੁੱਛਗਿੱਛ ਦੇ ਵਿੱਚ, SIT ਅਜੇ ਇਸ ਮਾਮਲੇ ਦੇ ਉੱਤੇ ਬਹੁਤਾ ਕੁਛ ਜਿਹੜਾ ਜੀ ਉਹ ਦੱਸਣ ਦੇ ਵਾਸਤੇ ਤਿਆਰ ਨਹੀਂ, ਪਰ ਇਹ ਕਿਹਾ ਜਾ ਰਿਹਾ ਕਿ ਚਰਨਜੀਤ ਸ਼ਰਮਾ ਨੇ ਅਨਫ ਜਿਹੜੀ ਹੈ ਜੀ ਉਹ ਜਾਣਕਾਰੀ SIT ਨੂੰ ਦੇ ਦਿੱਤੀ ਹੈ। ਬੇਸ਼ੱਕ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਡਬਲ ਬੈਂਚ ਦੇ ਮੂਹਰੇ ਇਹ ਮਾਮਲਾ ਜਿਹੜਾ ਜੀ ਉਹ ਜਾ ਰਿਹਾ, ਉੱਥੇ ਸੁਣਵਾਈ ਦੇ ਵਿੱਚੋਂ ਕੀ ਨਿਕਲਦਾ ਉਹ ਬਾਅਦ ਵਾਲੀ ਗੱਲ ਹੈ, ਪਰ ਇਹ ਜਿਹੜੇ SIT ਦੇ ਕੁਛ ਸੂਤਰ ਨੇ ਉਹਨਾਂ ਦੇ ਮੁਤਾਬਕ ਹੁਣ ਉੱਥੋਂ ਕੋਈ ਵੀ ਜਿਹੜਾ ਕੁਛ ਵੀ ਨਿਕਲੇ ਉਹ ਚਰਨਜੀਤ ਸ਼ਰਮਾ ਤੋਂ ਬਹੁਤ ਸਾਰੀ ਜਾਣਕਾਰੀ ਜਿਹੜੀ ਹੈ ਜੀ ਉਹ ਹਾਸਲ ਕਰ ਚੁੱਕੇ ਆ। ਇਹ ਆਫੀਸਰ ਜਿਹੜਾ ਜੀ ਉਹਨਾਂ ਅਫਸਰਾਂ ਦੇ ਵਿੱਚੋਂ ਇੱਕ ਰਿਹਾ ਜਿਹਨੂੰ ਕਿ ਫੂਕ ਚੁਕਾ ਕੇ ਕੁਛ ਵੀ ਜਿਹੜਾ ਜੀ ਉਹ ਕਰਵਾਇਆ ਜਾ ਸਕਦਾ ਸੀਗਾ, ਔਰ ਅਕਸਰ ਇਹ ਕਿਹਾ ਜਾਂਦਾ ਕਿ ਉਹ ਰਾਜਨੀਤਿਕਾਂ ਦੇ ਵਾਸਤੇ ਜਿਹੜਾ ਜੀ ਉਹ ਅਕਸਰ ਕੰਮ ਬਹੁਤਾ ਜਿਹੜਾ ਉਹ ਕਰਦਾ ਰਿਹਾ ਉਹਨਾਂ ਦੀ ਸ਼ਹਿ ਦੇ ਉੱਤੇ, ਜਿਹਦੇ ਕਰਕੇ ਉਹਦਾ ਨਾਮ ਸਭ ਤੋਂ ਮੂਹਰਲੀ ਕਤਾਰ ਦੇ ਵਿੱਚ ਜਿਹੜਾ ਜੀ ਉਹ ਬੋਲੀ ਜਾਂਦਾ ਇਸ ਗੋਲੀ ਕਾਂਡ ਵਾਲੇ ਮਾਮਲੇ। ਜੀ ਜੀ, ਕੰਮ ਵੀ ਕਿਹੜੇ ਸਿੱਧੇ ਕੀਤੇ ਹੋਏ ਆ, ਪੁੱਠੇ ਕੀਤੇ। ਅੱਗੇ ਮੀਂਹ ਦੀ ਜੇ ਗੱਲ ਕਰਦੇ ਹਾਂ ਤੇ ਫਰਵਰੀ ਮਹੀਨੇ ਦੇ ਵਿੱਚ ਸਾਰੇ ਰਿਕਾਰਡ ਟੁੱਟੇ। ਬਿਲਕੁਲ ਜੀ, ਜਿਹੜੀ ਮੀਂਹ ਬੇਸ਼ੱਕ 2 ਦਿਨ ਪਹਿਲਾਂ ਜਿਹੜਾ ਜੀ ਹਲਕਾ ਸ਼ੁਰੂ ਹੋਇਆ ਸੀਗਾ, ਪਰ ਕੱਲ੍ਹ ਸਮੁੱਚੇ ਪੰਜਾਬ ਨੂੰ ਇਹਨੇ ਜਿਹੜਾ ਸੀਗਾ ਜੀ ਮੋਹਰੇਧਾਰ ਮੀਂਹ ਔਰ ਗੜੇਮਾਰੀ ਜਿਹੜੀ ਸੀਗੀ ਉਹ ਕੁਛ ਥਾਵਾਂ ਦੇ ਉੱਤੇ ਹੋਈ। ਰਾਜਪੁਰਾ ਤੇ ਪਟਿਆਲਾ ਦੇ ਕੁਛ ਖੇਤਰਾਂ ਦੇ ਵਿੱਚ ਤਾਂ ਇਹ ਗੜੇਮਾਰੀ ਜਿਹੜੀ ਸੀ ਉਹ ਇੰਨੀ ਜ਼ਿਆਦਾ ਸੀ ਕਿ ਉਹਨੇ ਫਸਲਾਂ ਦਾ ਤੇ ਸਬਜ਼ੀਆਂ ਦਾ ਨੁਕਸਾਨ ਜਿਹੜਾ ਜੀ ਉਹ ਕੀਤਾ। 2 ਦਿਨ ਪਹਿਲਾਂ ਜਿਹੜਾ ਤਾਪਮਾਨ ਸੀਗਾ ਉਹ ਅੱਪ ਗਿਆ ਸੀਗਾ ਦਿਨ ਦਾ ਖਾਸ ਤੌਰ ਦੇ ਉੱਤੇ, ਪਰ ਉਹ ਫਿਰ ਜਿਹੜਾ ਜੀ ਉਹ ਡਿੱਗ ਪਿਆ। ਔਰ ਜਿਹੜਾ ਲੁਧਿਆਣੇ ਦੇ ਵਿੱਚ ਜਿਹੜੀ TAU ਹੈ ਜੀ ਉਹਦੀ ਜਾਣਕਾਰੀ ਦੇ ਮੁਤਾਬਕ ਇੱਥੇ ਲੁਧਿਆਣੇ ਦੇ ਵਿੱਚ
तकरीबन 49 साल का रिकॉर्ड जिहड़ा फरवरी महीने का टुटिया कि फरवरी महीने दे विच इन्ना जिहड़ा ओह मीह पैणा जलंधर अमृतसर लुधियाणा बठिंडा पटियाला गुरदासपुर सारे जिलों के तेज बारिश जिहड़ी है जी ओह पई है और कुछ थावां दे इन्नी जिहड़ी गड़ेमारी हुई कि चाक सवेरे चिट्टा ही जिहड़ा जी ओह दिसदा सीगा इहदे नाल जिहड़ी आसमानी बिजली सी उहदे करके कुछ नुकसान कुछ थावां तों होण दी जिहड़ी दी ओह खबर है इत्थे जिहड़ा बारिश दे नाल कणक दी जिहड़ी फसल दे उत्ते तेला पै जांदा जी पीली जिहड़ी आ उहदे तों तां बचाव जिहड़ा जी हो गया हुण अग्गों जिहड़ा जी मौसम विभाग कहिंदा कि जे मौसम जिहड़ा जी इसे तरह का बनिया रहूगा जे होर मीह पैंदा तां उह नुकसानदेह आ जिथे गड़ेमारी हुई है जी उत्थे भी खड़ी जिहड़ी फसल है ਉਹਨੂੰ ਨੁਕਸਾਨ ਪਹੁੰਚਿਆ ਜਿਹੜਾ ਜੀ ਉਹ ਕੁਛ ਥਾਵਾਂ ਦੇ ਉੱਤੇ ਪਰ ਬਹੁਤੇ ਜਗ੍ਹਾ ਦੇ ਉੱਤੇ ਜਿੰਨਾ ਮੀਂਹ ਪਿਆ ਉਹ ਕਣਕ ਦੇ ਵਾਸਤੇ ਜਿਹੜਾ ਜੀ ਉਹ ਕਾਫੀ ਚੰਗਾ ਦੱਸਿਆ ਜਾ ਰਿਹਾ ਔਰ ਪੰਜਾਬ ਦਾ ਕੋਈ ਡਿਸਟ੍ਰਿਕਟ ਨਹੀਂ ਇਸ ਤਰ੍ਹਾਂ ਦਾ ਹੈਗਾ ਤਕਰੀਬਨ ਤਕਰੀਬਨ ਜਿੱਥੇ ਇਹ ਮੀਂਹ ਬਹੁਤ ਜ਼ਿਆਦਾ ਜਿਹੜਾ ਜੀ ਉਹ ਨਹੀਂ ਪਿਆ ਸਿਰਫ ਇੱਕ ਫਿਰੋਜ਼ਪੁਰ ਏਰੀਏ ਨੂੰ ਜਿਹੜਾ ਜੀ ਉਹ ਛੱਡ ਕੇ ਉੱਥੇ ਮੀਂਹ ਬਹੁਤ ਥੋੜ੍ਹਾ ਜਿਹੜਾ ਜੀ ਪਿਆ ਬਾਕੀ ਸਾਰੇ ਥਾਵਾਂ ਦੇ ਉੱਤੇ ਭਰਵਾਂ ਮੀਂਹ ਜਿਹੜਾ ਸੀਗਾ ਜੀ ਉਹਨੇ ਇੱਕ ਵਾਰੀ ਫਿਰ ਜਿਹੜੀ ਉਹ ਠੰਡ ਵਧਾਈ ਆ ਔਰ ਜਿਹੜਾ ਸਨੋਫਾਲ ਹੈ ਇੱਥੇ ਹਿਮਾਚਲ ਪ੍ਰਦੇਸ਼ 'ਚ ਉੱਥੇ ਵੀ ਜਿਹੜਾ ਜੀ ਉਹ ਕਾਫੀ ਜ਼ਿਆਦਾ ਸਨੋ ਪਈ ਆ ਉਹਦੇ ਵਾਸਤੇ ਇੱਥੋਂ ਦੇ ਚੈਨਲ ਜਿਹੜੇ ਸੀ ਉਹ ਗੜੇਮਾਰੀ ਨੂੰ ਸਨੋਫਾਲ ਦਿੱਤੀ ਆ ਜੀ ਜੀ ਬਿਲਕੁਲ ਇਸੇ ਤਰ੍ਹਾਂ ਸੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ ਮਿਹਰਬਾਨੀ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ ਕਰਦੇ ਨੇ ਖਬਰਾਂ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ